ਪੈਟਰੋਲ ਪੰਪ ਦੇ ਕੋਲ ਪਰਾਲੀ ਦੇ ਨਾਲ ਭਰੀ ਇੱਕ ਟਰਾਲੀ ਨੂੰ ਅਚਾਨਕ ਹੀ ਅੱਗ ਲੱਗ ਗਈ ਤੇ ਅੱਗ ਲੱਗਣ ਦੀ ਵਜ੍ਹਾ ਦੱਸਿਆ ਜਾ ਰਿਹਾ ਹੈ ਕਿ ਟਰਾਲੀ ਜੋ ਹੈ ਓਵਰਲੋਡ ਕਰੀ ਹੋਈ ਸੀ ਪਰਾਲੀ ਦੇ ਨਾਲ ਤੇ ਉੱਪਰ ਬਿਜਲੀ ਦੀ ਤਾਰਾਂ ਦੇ ਨਾਲ ਸੰਪਰਕ ਦੇ ਵਿੱਚ ਆ ਜਾਂਦੀ ਹੈ, ਜਿਸ ਤੋਂ ਬਾਅਦ ਚੰਗਿਆੜੀਆਂ ਨਿਕਲਦੀਆਂ ਨੇ ਤੇ ਪਰਾਲੀ ਦੇ ਵਿੱਚ ਅੱਗ ਲੱਗ ਜਾਂਦੀ ਹੈ। ਹਾਲਾਂਕਿ ਜਦੋਂ ਇਹ ਅੱਗ ਲੱਗਦੀ ਹੈ ਤਾਂ ਟਰਾਲੀ ਜੋ ਹੈ ਕਈ ਕਿਲੋਮੀਟਰ ਤੱਕ ਅੱਗੇ ਤੱਕ ਨਿਕਲ ਜਾਂਦੀ ਹੈ। ਹਾਲਾਂਕਿ ਇੱਕ ਬਾਈਕ ਸਵਾਰ ਦੇ ਵੱਲੋਂ ਟਰੈਕਟਰ ਵਾਲੇ ਨੂੰ ਇਸ਼ਾਰਾ ਵੀ ਕੀਤਾ ਜਾਂਦਾ ਕਿ ਪਿੱਛੇ ਅੱਗ ਲੱਗੀ ਹੋਈ ਹੈ, ਪਰ ਟਰੈਕਟਰ ਸਵਾਰ ਜੋ ਹੈ ਉਸਦੇ ਵੱਲ ਧਿਆਨ ਨਹੀਂ ਦਿੰਦਾ ਅਤੇ ਟਰਾਲੀ ਨੂੰ ਲਗਾਤਾਰ ਅੱਗੇ ਵਧਾਉਂਦਾ ਰਹਿੰਦਾ। ਹਾਲਾਂਕਿ ਜਦੋਂ ਇੱਕ ਪੈਟਰੋਲ ਪੰਪ ਦੇ ਕੋਲ ਪਹੁੰਚਦੇ ਨੇ ਤਾਂ ਉੱਥੇ ਪਰਾਲੀ ਨੂੰ ਜੋ ਹੈ ਅੱਗ ਭਿਆਨਕ ਤਰੀਕੇ ਦੇ ਨਾਲ ਲੱਗ ਜਾਂਦੀ ਹੈ, ਜਿਸ ਤੋਂ ਬਾਅਦ ਆਲੇ ਦੁਆਲੇ ਲੋਕਾਂ ਦੀ ਭੀੜ ਇਕੱਠੀ ਹੋ ਜਾਂਦੀ ਹੈ। ਹਾਲਾਂਕਿ ਜਿਸ ਥਾਂ ਦੇ ਉੱਤੇ ਇਹ ਅੱਗ ਲੱਗੀ ਉਸਦੇ ਦੋਨੋਂ ਪਾਸੇ ਪੈਟਰੋਲ ਪੰਪ ਦੱਸੇ ਜਾ ਰਹੇ ਨੇ ਤੇ ਪੈਟਰੋਲ ਪੰਪ ਦੇ ਜੋ ਕਰਮਚਾਰੀ ਸੀ ਉਹਨਾਂ ਦੇ ਵੱਲੋਂ ਜੋ ਅੱਗ ਬੁਝਾਉਣ ਵਾਲੇ ਯੰਤਰ ਹੁੰਦੇ ਨੇ ਉਸਦੇ ਨਾਲ ਵੀ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਪਰਾਲੀ ਦੇ ਵਿੱਚ ਅੱਗ ਲਗਾਤਾਰ ਵੱਧਦੀ ਜਾ ਰਹੀ ਸੀ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਜਾਂਦਾ। ਫਾਇਰ ਬ੍ਰਿਗੇਡ ਦੀ ਗੱਡੀਆਂ ਮੌਕੇ ਤੇ ਪਹੁੰਚਦੀਆਂ ਨੇ ਤੇ ਅੱਗ ਦੇ ਉੱਤੇ ਕਾਬੂ ਪਾਇਆ ਜਾਂਦਾ। ਤਾਂ ਦੱਸ ਦਈਏ ਕਿ ਪਰਾਲੀ ਜੋ ਹੈ ਸਾਰੀ ਸੜ ਕੇ ਸਵਾਹ ਹੋ ਗਈ ਹੈ। ਹਾਲਾਂਕਿ ਸਮਾਂ ਰਹਿੰਦੇ ਇਹਨਾਂ ਦੇ ਵਿੱਚੋਂ ਟਰੈਕਟਰ ਨੂੰ ਕੱਢ ਲਿਆ ਗਿਆ ਸੀ, ਜਿਸ ਦੇ ਕਾਰਨ ਟਰੈਕਟਰ ਦਾ ਬਚਾ ਰਿਹਾ, ਪਰ ਟਰਾਲੀ ਜੋ ਹੈ ਸੜ ਕੇ ਸਵਾਹ ਹੋ ਗਈ ਹੈ। ਫਰੀਦਕੋਟ ਤੋਂ ਇਹ ਮਾਮਲਾ ਸਾਹਮਣੇ ਆਇਆ ਤੇ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜੋ ਪਰਾਲੀ ਦੇ ਵਿੱਚ ਅੱਗ ਹੈ ਉਹ ਲੱਗੀ ਹੋਈ ਹੈ ਅਤੇ ਟਰਾਲੀ ਸਾਰੀ ਸੜ ਕੇ ਸਵਾਹ ਹੋ ਗਈ ਹੈ। ਇਹ ਤਾਂ ਅਸੀਂ ਜੀ ਘਰੇ ਬੈਠੇ ਸੀ, ਸਾਨੂੰ ਫੋਨ ਆਇਆ, ਚੌਂਕੀਦਾਰ ਆਇਆ, ਭੱਜਿਆ ਭੱਜਿਆ ਜੀ ਬਾਹਰ, ਟਰਾਲੀ ਨੂੰ ਨਾ ਭੋਂਗ ਵਾਲੀ ਟਰਾਲੀ ਸੀ ਆਈ ਜਾਂਦੀ, ਉਹਨੂੰ ਅੱਗ ਪੈ ਗਈ ਆ। ਅਸੀਂ ਜਦੋਂ ਆਏ ਉਹ ਸਾਡੇ ਕੋਲ ਦੂਸਰੇ ਸਿਲੰਡਰ ਹੁੰਦੇ ਆ ਪੰਪ ਦੇ ਜਿਹੜੇ ਅਸੀਂ ਲੈ ਕੇ ਆਏ, ਪਰ ਉਹਦੇ ਦਾ ਕੋਈ ਫਾਇਦਾ ਨਹੀਂ, ਦੋ ਚਲਾਏ ਤੇ ਉਸ ਤੋਂ ਬਾਅਦ ਅਸੀਂ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ, 5-10 ਮਿੰਟਾਂ ਵੱਧ ਤੋਂ ਵੱਧ ਫਾਇਰ ਬ੍ਰਿਗੇਡ ਆ ਗਈ ਇੱਥੇ, ਉਹਨਾਂ ਨੇ ਆ ਕੇ ਅੱਗ ਤੇ ਕਾਬੂ ਪਾਇਆ। ਸਾਰੀ ਟਰਾਲੀ ਫੁੱਲ ਸੀ, ਲੋਡ ਸੀ, ਸਾਰੀ ਮੱਚ ਗਈ। ਬਹੁਤ ਵੱਡਾ ਰਿਸਕ ਸੀ ਜੇ ਨਾ ਟਾਈਮ ਨਾਲ ਆਉਂਦੀ ਫਾਇਰ ਬ੍ਰਿਗੇਡ ਤੇ, ਬਹੁਤ ਵੱਡਾ ਰਿਸਕ ਸੀ ਇਹ। ਇਹਦਾ ਬੈਨ ਹੋਣੀ ਚਾਹੀਦੀ ਹੈ ਜੀ, ਬਿਲਕੁਲ ਬੈਨ ਹੋਣਾ ਚਾਹੀਦਾ। ਜਾਂ ਤਾਂ ਇਹ ਮਤਲਬ ਕੋਈ ਇਹਨਾਂ ਦਾ ਕੋਈ ਹੋਵੇ ਤਰੀਕੇ ਨਾਲ ਲੈ ਕੇ ਜਾਣ, ਪਰ ਆ ਜਿਵੇਂ ਖੁੱਲੇ ਆਵੇਂ ਲਈ ਫਿਰਦੇ, ਇਹਦਾ ਤਾਂ ਕੋਈ ਬਹੁਤ ਵੱਡਾ ਹਾਦਸੇ ਨੂੰ ਕਾਰਨ ਬਣ ਸਕਦਾ ਹੈ। ਫੁੱਲ ਲੋਡ ਸੀ ਜੀ, ਫੁੱਲ ਤਾਰਾਂ ਨਾਲ ਸਪਾਰਕ ਹੋਈ ਹੈ, ਉਹਦੇ ਨਾਲ ਕੋਈ ਹੋਇਆ ਇਹ। ਹਾਈਟ ਜ਼ਿਆਦਾ ਸੀ ਹਾਂਜੀ। ਇਹ ਦੋ ਟਰਾਲੀਆਂ ਸੀ, ਇੱਕ ਤਾਂ ਅੱਗੇ ਚਲੀ ਗਈ ਹੈ, ਇੱਕ ਰਹਿ ਗਈ ਹੈ। ਇਹ ਪਿੱਛੋਂ ਥੋੜ੍ਹੀ ਜਿਹੀ ਅੱਗ ਪਈ ਸੀ, ਬਸ ਹੌਲੀ ਹੌਲੀ ਪਿੱਛੋਂ ਇਹਨੂੰ ਮੋਟਰਸਾਈਕਲ ਨੇ ਆਵਾਜ਼ ਵੀ ਦਿੱਤੀ ਵੀ ਰੋਕ ਲਓ, ਪਰ ਉਹਨਾਂ ਨੂੰ ਗੱਲ ਹੀ ਨਹੀਂ ਸੁਣੀ, ਹੌਲੀ ਹੌਲੀ ਅੱਗ ਵੱਧ ਗਈ। ਹਾਂਜੀ ਹਾਂਜੀ, ਟਰੈਕਟਰ ਨੂੰ ਆ ਕੇ ਇਹਨਾਂ ਨੂੰ ਦੱਸਿਆ ਵੀ ਤੁਸੀਂ ਇੱਕ ਵਾਰ ਟਰੈਕਟਰ ਪਾਸੇ ਕਰੋ, ਮੈਂ ਹੀ ਇਹਨਾਂ ਨੂੰ ਮੈਸੇਜ ਲਾਇਆ ਵੀ ਟਰੈਕਟਰ ਅੱਗੇ ਕੱਢ ਦਿਓ। ਉਸ ਤੋਂ ਬਾਅਦ ਟਰਾਲੀ ਸਾਰੀ ਸੜ ਗਈ, ਇੱਕ ਹੀ ਸੀ ਇਹ ਤਾਂ, ਇੱਕ ਅੱਗੇ ਚਲੀ ਗਈ ਸੀ, ਉਹ ਵੀ ਫੁੱਲ ਲੋਡ ਸੀ। ਸਰ ਮਗਰੋਂ ਕੋਈ ਸ਼ਰਾਰਤ ਕਰ ਗਿਆ, ਕੋਈ ਲਾ ਗਿਆ। ਕਿੱਥੋਂ ਆ ਕਿੱਥੋਂ ਰਹੇ ਸੀਗੇ? ਅਸੀਂ ਆ ਕੰਮਿਆਂ ਗੇਟ ਤੋਂ ਹੀ ਆ ਰਹੇ ਸੀ। ਕਿੰਨੀਆਂ ਟਰਾਲੀਆਂ ਸੀ ਜਿਹੜੀਆਂ ਪਰਾਲੀ ਦੀਆਂ ਗੱਠਾਂ ਭਰੀਆਂ ਸੀ? ਦੋ ਸੀਗੀਆਂ, ਇੱਕ ਲੰਘ ਗਈ। ਪਹਿਲਾਂ ਇੱਕ ਲੰਘ ਗਈ ਸੀ? ਹਾਂਜੀ। ਪਿਛਲੀ ਟਰਾਲੀ ਨੇ ਲੱਗਿਆ? ਹਾਂਜੀ। ਤੇ ਕਿੰਨਾ ਕੁ ਨੁਕਸਾਨ ਆਇਆ? ਨੁਕਸਾਨ ਤਾਂ ਹੀ ਹਜੇ ਕੱਢੇ ਪਤਾ ਲੱਗੂਗਾ, ਵੱਧ ਹੀ ਨੁਕਸਾਨ ਹੋਇਆ। ਟਰੈਕਟਰ ਨੂੰ ਵੀ ਕੋਈ ਨੁਕਸਾਨ ਆਇਆ ਕਿ? ਟਰੈਕਟਰ ਵੱਜ ਗਈ। ਇਹ ਮਤਲਬ ਲੋਕਾਂ ਨੇ ਮਿਹਨਤ ਕਰਕੇ ਲਿਆ? ਹਾਂਜੀ। ਹੁਣ ਕੀ ਪੋਜੀਸ਼ਨ ਹੈ? ਪੋਜੀਸ਼ਨ ਇਹੀ ਹੈ ਜੀ, ਹੁਣ ਤਾਂ ਕੋਈ ਮਸ਼ੀਨ ਆਵੇ ਤਾਂ ਕਵਾਰ ਕੱਢ ਗਈ। ਦੂਜੀ ਟਰਾਲੀ ਪਹਿਲਾਂ ਨਿਕਲ ਗਈ ਸੀ ਕਿਸੇ ਕੰਮ? ਹਾਂਜੀ, ਸਲਾਮਤ ਨਿਕਲ ਗਈ। ਨਹੀਂ, ਇਹ ਬਿਜਲੀ ਸਪਾਰਕ ਨਾਲ ਵੀ ਹੋ ਸਕਦੀ ਕਿ ਕਿਸੇ ਨੇ ਜਾਣ ਬੁੱਝ ਕੇ ਸ਼ਰਾਰਤ ਕੀਤੀ? ਚੱਕ ਲੰਘੇ ਆ ਸਾਡੇ ਕੋਲ ਦੀ ਲੰਘੇ ਆ ਜੀ, ਤਿੰਨ ਜਾਣੇ, ਸਾਨੂੰ ਹੁਣ ਕੀ ਪਤਾ ਜੀ, ਅਸੀਂ ਮੋਟਰਸਾਈਕਲ ਤੇ ਸੀ।